ਬ੍ਰੇਕ ਤੋਂ ਬਾਅਦ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ। ਮੁੜ ਤੋਂ ਹੁਣ ਮੈਂ ਲਵਾਂਗਾ ਆਪਣੇ ਸਾਰੇ ਦਰਸ਼ਕਾਂ ਦੀ ਕਾਲ, ਜੋ ਕਿ ਸਾਨੂੰ ਅੱਜ ਆਪਣੇ ਪ੍ਰਤੀਕਰਮ ਇਸ ਵਿਸ਼ੇ ਦੇ ਉੱਤੇ ਦੇਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕਿਰਤ ਸਿੰਘ ਜੀ, ਤੁਹਾਨੂੰ ਤੁਹਾਨੂੰ ਤੇ ਗਰੇਵਾਲ ਸਾਹਿਬ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ 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 ਬੁਗਲ ਜੀ, ਠੀਕ ਹੋ ਜੀ? ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀ, ਤੁਸੀਂ ਸੁਣਾਓ। ਬਸ ਇਕਦਮ ਵਧੀਆ ਪੋਗਲ ਜੀ, ਕੀ ਲੱਗਦਾ ਤੁਹਾਨੂੰ ਜੋ ਅੱਜ ਅਸੀਂ ਮੈਂ ਮੁੱਦਾ ਚੱਕਿਆ? ਦੱਸਣ ਲੱਗਾ ਮੈਂ ਤੇ ਮੈਂ ਆਪਣੇ ਗਰੇਵਾਲ ਸਾਹਿਬ ਨੂੰ ਸੁਣ ਰਿਹਾ ਸੀਗਾ ਜੀ। ਗਰੇਵਾਲ ਸਾਹਿਬ ਨੇ ਜਿਹੜੀਆਂ 20-25 ਮਿੰਟ ਗੱਲਾਂ ਕੀਤੀਆਂ ਨਾ ਭਾਰਤ ਦੀ ਰਾਜਨੀਤੀ ਤੇ ਜਾਂ ਰਾਜਨੀਤਿਕਾਂ ਉੱਤੇ, ਜੀ ਜੀ, ਉਹ ਬਿਲਕੁਲ ਸਹੀ ਆ। ਔਰ ਤੁਹਾਨੂੰ ਜੇ ਯਾਦ ਹੋਵੇ ਤਾਂ ਮੈਂ ਇਹ ਸਾਰੀ 20-25 ਮਿੰਟ ਜਿਹੜੀਆਂ ਗੱਲਾਂ ਗਰੇਵਾਲ ਸਾਹਿਬ ਨੇ ਕੀਤੀਆਂ ਨੇ ਉਹਨਾਂ ਨੂੰ ਮੈਂ ਦੋ ਲਾਈਨਾਂ ਵਿੱਚ ਦੱਸਦਾ ਹਾਂ। ਤੁਹਾਨੂੰ ਯਾਦ ਹੋਵੇ ਕਿ ਮੈਂ ਯਾਦ ਕਰਾ ਦਿਆਂ ਫਿਰ? ਜੀ 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 ਜੀ, ਯਾਦ ਕਰਾ ਦਿਓ ਇੱਕ ਵਾਰੀ ਭੋਗਲ ਜੀ। ਹਾਂ, ਦੋ ਲਾਈਨ ਇਹ ਬੜੇ ਮਸਲੇ ਹੁੰਦੇ ਗੱਲਾਂ ਕੀਤੀਆਂ। ਹਾਂਜੀ, ਜਿੰਨੀਆਂ ਗੱਲਾਂ ਕੀਤੀਆਂ ਨਾ ਗਰੇਵਾਲ ਸਾਹਿਬ, ਬਿਲਕੁਲ ਠੀਕ ਕੀਤੀਆਂ ਜੀ। ਹਿੱਟ ਦਾ ਨੇਲ ਆਉਂਦਾ ਹੈਡ, ਬਿਲਕੁਲ ਠੀਕ ਆ। ਤੇ ਮੈਂ ਇਸ ਤਰ੍ਹਾਂ ਜਵਾਬ ਦਿੰਦਾ ਹੁੰਦਾ ਉਹਨਾਂ ਸਾਰੀਆਂ ਗੱਲਾਂ ਦਾ 25 ਮਿੰਟਾਂ ਦਾ, ਦੋ ਲਾਈਨਾਂ 'ਚ। ਉਹ ਇਹ ਆ ਭਾਈ ਭਾਰਤ ਦੇ ਵਿੱਚ ਜਦੋਂ ਜਦੋਂ ਜਿਹੜੇ ਅਹੁਦੇਦਾਰ ਨੇ, ਛੋਟੇ ਵੱਡੇ MLA MP ਜੋ ਵੀ CMBM ਜੋ ਬਣਦੇ ਨੇ, ਜਦੋਂ ਇਹਨਾਂ ਨੂੰ ਆਪਣੇ ਅਹੁਦਿਆਂ ਦੀ ਸਹੁੰ ਖਲਾਈ ਜਾਂਦੀ ਆ ਨਾ, ਤਾਂ ਉਦੋਂ ਇਹ ਸਹੁੰ ਸੱਚ ਬੋਲਣ ਦੀ ਨਹੀਂ ਖਾਂਦੇ। 99% ਦੀ ਗੱਲ ਕਰਦਾ, ਇੱਕ ਪਰ ਕਿਉਂਕਿ ਬੀਜਨਾਸ ਨਹੀਂ ਹੁੰਦਾ 99, ਤਾਂ ਕਹਿੰਦਾ ਇੱਕ ਨੂੰ ਛੱਡ ਲਓ, 100 'ਚ ਸ਼ਾਇਦ ਇੱਕ ਇਮਾਨਦਾਰ ਕੋਈ ਹੋਵੇ। 99% ਜਿਹੜੇ ਨੇ, ਜਿਹੜੇ ਜਦੋਂ ਸਹੁੰ ਚੁੱਕਦੇ ਨੇ ਨਾ ਆਪਣੇ ਅਹੁਦਿਆਂ ਦੀ, ਉਹ ਸਹੁੰ ਸੱਚ ਬੋਲਣ ਦੀ ਨਹੀਂ ਚੁੱਕਦੇ, ਬਲਕਿ ਸੱਚ ਤੋਂ ਸੰਨਿਆਸ ਲੈਣ ਦੀ ਚੁੱਕਦੇ ਨੇ, ਨੰਬਰ ਇੱਕ। ਨੰਬਰ ਦੋ, ਦੂਸਰੀ ਮੈਂ ਗੱਲ ਇਹ ਕਹਿਣਾ ਹੁੰਦਾ ਆਪਣੇ ਹਰਕੀਰ ਸਿੰਘ ਜੀ, ਵੀ ਭਾਰਤ ਦੇ ਜਿਹੜੇ ਰਾਜਨੀਤਿਕ ਲੋਕ ਨੇ, ਜੇ ਰਾਜਨੀਤਿਕ ਦੀ ਨੀਅਤ ਖੋਟੀ ਹੋਵੇ, ਰਾਜਨੀਤਿਕ ਦੀ ਨੀਅਤ ਖੋਟੀ ਹੋਵੇ ਤਾਂ ਉਹਦੀ ਰਾਜਨੀਤੀ ਵੀ ਖੋਟੀ ਹੋਏਗੀ। ਜੀ ਜੀ ਜੀ, ਇਹ ਗਰੇਵਾਲ ਸਾਹਿਬ ਦੀਆਂ ਜਿੰਨੀਆਂ ਗੱਲਾਂ ਕੀਤੀਆਂ 25 ਮਿੰਟ ਦੇ ਵਿੱਚ, ਉਹਨਾਂ ਦਾ ਨਿਚੋੜ ਵਾ ਜੀ। ਤੇ ਹੁਣ ਮੈਂ ਭੋਗਲ ਜੀ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਿਹੜੀ ਕਿਹੜੀ ਗੱਲਾਂ ਦੇ ਉੱਤੇ ਸੋਚਣ ਦੀ ਲੋੜ ਹੈਗੀ ਹੈ? ਮੈਂ ਹੁਣ ਆਪਣਾ ਪੱਖ ਰੱਖ ਆਪਣੇ ਹਰਕੀਰ ਸਿੰਘ ਮੈਂ ਆਪਣਾ ਪੱਖ ਰੱਖਣ ਲੱਗਾ ਹੁਣ। ਜੀ ਜੀ, ਉਹ ਇਹ ਆ ਵੀ ਜਿਹੜੀ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਆਈ ਆ, ਉਹ ਲੀਕ ਹੋ ਗਈ ਆ, ਤੇ ਇਹ ਸੋਚੋ ਵੀ ਇਹ ਲੀਕ ਕਿਉਂ ਹੋਈ ਆ ਤੇ ਕਿਸਨੇ ਕੀਤੀ ਆ, ਨੰਬਰ ਇੱਕ। ਨੰਬਰ ਦੋ, ਜਿਹੜੀ ਜਦੋਂ ਲੀਕ, ਜਦੋਂ ਇਹਦਾ ਕਮਿਸ਼ਨਰ ਦੀ ਕੋਈ ਲੀਕ ਰਿਪੋਰਟ ਲੀਕ ਹੁੰਦੀ ਆ ਨਾ, ਉਹ ਦੋ ਥਾਵਾਂ ਤੋਂ ਹੋ ਸਕਦੀ ਆ, ਜਾਂ ਤਾਂ ਜਿਹੜਾ ਕਮਿਸ਼ਨਰ ਹੋਵੇ ਜਿਵੇਂ ਰਣਜੀਤ ਸਿੰਘ ਨੇ, ਜਾਂ ਉਹਨਾਂ ਕੋਲ ਹੋ ਸਕਦੀ, ਜਾਂ ਫਿਰ CM ਸਾਹਿਬ ਕੋਲੋਂ ਹੋ ਸਕਦੀ ਆ। ਜੀ ਜੀ, ਤੇ ਫਿਰ ਦੂਸਰੀ ਗੱਲ ਇਹ ਆਉਂਦੀ ਆ ਵੀ ਇਹ ਜਦੋਂ ਇਹ ਲੀਕ ਹੋਈ ਆ, ਜਾਂ ਇਹ ਕਰਵਾਈ ਗਈ ਆ, ਜਾਂ ਜਾਣ ਬੁੱਝ ਕੇ ਕੀਤੀ ਗਈ ਆ, ਤੇ ਜਦੋਂ ਇਹ ਲੀਕ ਰਿਪੋਰਟ ਹੋ ਗਈ, ਉਹਦੇ ਬਾਅਦ ਗਵਾਹ ਜਿਹੜਾ ਸੀਗਾ ਆਪਣੇ ਆਪਣੇ ਗੁਰਮੁਖ ਸਿੰਘ ਉਹਨਾਂ ਦਾ ਭਾਈ, ਉਹਨਾਂ ਦਾ ਨਾਂ ਕੀ ਆ, ਹਿੰਮਤ ਸਿੰਘ, ਹਿੰਮਤ ਸਿੰਘ, ਉਹ ਆਪਣੇ ਪਹਿਲੇ ਬਿਆਨ ਤੋਂ ਮੁੱਕਰ ਗਏ ਨੇ। ਇਹ ਮੁੱਕਰ ਗਿਆ ਜਾਂ ਕਿਸਨੇ, ਜੇ ਮੁਕਰਾਇਆ ਗਿਆ ਤਾਂ ਕਿਸਨੇ ਮੁਕਰਾਇਆ ਗਿਆ ਤੇ ਕਿਉਂ ਮੁਕਰਾਇਆ ਗਿਆ? ਜੀ ਜੀ, ਕੌਣ ਕਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਸਾਜਿਸ਼ ਘੜ ਰਿਹਾ? ਜੀ ਜੀ ਜੀ, ਇਸ ਕਰਕੇ ਜਿਹੜੀ ਉੱਥੇ ਦੀ ਸਿਆਸਤ ਆ ਨਾ, ਬਾਕੀ ਬਿਲਕੁਲ ਬਹੁਤ ਸਿਆਸਤ ਜਿਹੜੀ ਆ ਬਹੁਤ ਗੰਦੀ ਆ, ਖੋਟੀ ਆ, ਤੇ ਉਹ ਬਿਲਕੁਲ ਸੱਚ ਬੋਲਣ ਤੋਂ ਨਹੀਂ ਵਾਕਿਆ, ਸੰਨਿਆਸ ਲਿਆ ਹੋਇਆ ਇੱਕ ਨੂੰ ਛੱਡ ਕੇ। ਤੇ ਕਹਿ ਹੁਣ ਤੇ ਇਹ ਆ, ਪਰ ਆਪਣੇ ਆਪਣੇ ਹਰਕੀਰ ਸਿੰਘ, ਮੈਂ ਤੇ ਇੱਦਾਂ ਕਹਿੰਦਾ ਵੀ ਸੱਚੇ ਪਾਤਸ਼ਾਹ ਮਿਹਰ ਕਰੀ ਸਾਡਾ ਰੱਬ ਰਾਖਾ। ਜੀ 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 ਜੀ, ਬਹੁਤ ਬਹੁਤ ਧੰਨਵਾਦ ਜੀ 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 ਜੀ। ਉੱਥੇ ਹੁਣ ਜੇ ਅਸੀਂ ਜਿੰਨਾ ਕੁਛ ਅਸੀਂ ਰੋਜ਼ ਸੁਣਦੇ ਹਾਂ ਪੜ੍ਹਦੇ ਹਾਂ, ਤੇ ਉਹਦੇ ਤੇ ਮੈਂ ਸਿਰਫ ਦੋ ਲਾਈਨਾਂ ਬੋਲਣੀਆਂ ਚਾਹੁੰਦਾ ਵੀ ਉੱਥੇ ਦੀ ਜਿਹੜੀ ਸਿਚੁਏਸ਼ਨ ਹੈ ਨਾ ਭਾਰਤ ਦੀ ਜਾਂ ਪੰਜਾਬ ਦੀ, ਭਾਰਤ ਦੀ ਕਹਿ ਲਈਏ, ਉਹਨੂੰ ਮੈਂ ਕਹਿੰਦਾ ਹੁਣ ਇਹ ਉੱਲੂਆਂ ਦੀ ਬਸਤੀ ਬਣ ਚੁੱਕੀ ਆ, ਉੱਲੂਆਂ ਦੀ ਬਸਤੀ। ਉਹ ਕਿਉਂ ਬਣ ਚੁੱਕੀ ਆ? ਅੱਲਾ ਸੁਣੋ, ਦੋ 30 ਸਕਿੰਟ ਲੈਣੇ ਤੁਹਾਡੇ ਮਸਾਂ ਹੀ। ਲਿਖਿਆ ਵੀ ਕਿਤੇ ਨਿਆਣੇ ਉੱਲੂ ਤੇ ਕਿਤੇ ਸਿਆਣੇ ਉੱਲੂ, ਕਿਤੇ ਨਿਆਣੇ ਉੱਲੂ ਤੇ ਕਿਤੇ ਸਿਆਣੇ ਉੱਲੂ, ਇੱਕ ਦੂਜੇ ਨੂੰ ਸਾਰੇ ਕਹਿਣ ਉੱਲੂ। ਬਸਤੀਆਂ ਅੰਦਰ ਸਦਾ ਚਹਿਲ ਪਹਿਲ ਰਹਿੰਦੀ, ਵੀਰਾਨ ਥਾਵਾਂ ਤੇ ਬੋਲਦੇ ਰਹਿਣ ਉੱਲੂ। ਅੱਛਾ, ਬਈ ਦਾਨਾ ਦਾਨੀਆਂ ਨੂੰ ਦਇਆ ਦੀ ਦਾਤ ਬਖਸ਼ੇ ਜੀ, ਦਾਨਾ ਦਾਨੀਆਂ ਨੂੰ ਦਇਆ ਦੀ ਦਾਤ ਬਖਸ਼ੇ, ਸਿਰ ਪਾਪਾਂ ਦਾ ਚੁੱਕੇ ਭਾਰ ਉੱਲੂ, ਸਚਿਆਰ ਸੱਚ ਨੂੰ ਇੰਜ ਪਿਆਰ ਕਰਦਾ, ਜਿਕਣ ਹਨੇਰੇ ਨੂੰ ਕਰੇ ਪਿਆਰ ਉੱਲੂ। ਕੀ ਬਾਤ ਹੈ, ਕੀ ਬਾਤ ਹੈ। ਉੱਲੂਆਂ ਦੀ ਬਸਤੀ ਮੈਂ ਤਾਂ ਗਿਆ, ਚਾਰ ਲਾਈਨਾਂ ਰਹਿ ਗਈਆਂ ਬਸ ਜੀ।
ਲਿਖਿਆ ਵੀ ਭਲਿਆਂ ਤਾਏ ਨਾ ਭਿਣਕ ਪੈਣ ਦਿੰਦੇ ਜੀ, ਆਪਣੇ ਸਿਆਸਤਦਾਨ ਭਲਿਆਂ ਤਾਏ ਨਾ ਭਿਣਕ ਪੈਣ ਦਿੰਦੇ, ਸ਼ਾਤਰ ਆਪਣਾ ਸਿੱਧਾ ਕਰਨ ਉੱਲੂ, ਝੂਠ ਸੱਚ ਤੋਂ ਇਉਂ ਪੈ ਖਾਵੇ ਜਿਕਣ ਸੂਰਜ ਨੂੰ ਵੇਖ ਡਰਨ ਉੱਲੂ। ਅੱਛਾ ਜੀ, ਕਿਆ ਬਾਤ ਹੈ, ਇਹ ਰਾਜਨੀਤਾ ਤੇ ਲਾਉਣੀ ਹੈ ਸਾਰੀ ਗੱਲ, ਆਪਾਂ ਰਾਜਨੀਤਿਕਾਂ ਦੇ ਲਾਈ ਜਾਇਓ ਆਪਣੇ ਦਿਮਾਗ ਚ। ਭਲਿਆਂ ਤਾਏ ਨਾ ਭਿਣਕ ਪੈਣ ਦਿੰਦੇ, ਸ਼ਾਤਰ ਆਪਣਾ ਸਿੱਧਾ ਕਰਨ ਉੱਲੂ, ਝੂਠ ਸੱਚ ਤੋਂ ਇਉਂ ਪੈ ਖਾਵੇ ਜਿਕਣ ਸੂਰਜ ਨੂੰ ਵੇਖ ਡਰਨ ਉੱਲੂ। ਬਈ ਜਦੋਂ ਕਿਸੇ ਨੂੰ ਛੁਟਿਆਉਣ ਦੀ ਨੀਅਤ ਹੋਵੇ, ਜਦੋਂ ਕਿਸੇ ਨੂੰ ਛੁਟਿਆਉਣ ਦੀ ਨੀਅਤ ਹੋਵੇ, ਬੰਦਾ ਉਸ ਨੂੰ ਭੋਗਲ ਕਹੇ ਉੱਲੂ, ਓਏ ਬੇੜਾ ਗਰਕ ਦਾ ਉਦੋਂ ਨਜ਼ਰ ਆਵੇ ਜਦੋਂ ਹਰ ਟਾਹਣੀ ਤੇ ਆ ਬਹੇ ਉੱਲੂ। ਯਾਰੋ ਬੇੜਾ ਗਰਕ ਦਾ ਉਦੋਂ ਨਜ਼ਰ ਆਵੇ ਜਦੋਂ ਹਰ ਟਾਹਣੀ ਤੇ ਆ ਬਹੇ ਉੱਲੂ। ਹਰਕੀਰ ਸਿੰਘ ਜੀ, ਜਦੋਂ ਹਰ ਟਾਹਣੀ ਤੇ ਆ ਬਹੇ ਉੱਲੂ, ਇਹ ਉੱਥੇ ਉੱਲੂਆਂ ਦੀ ਬਸਤੀ ਬਣ ਚੁੱਕੀ ਆ। ਚਲੋ ਚਲੋ ਚਲੋ, ਬਹੁਤ ਬਹੁਤ ਧੰਨਵਾਦ ਭੋਗਲ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਹਰ ਸ਼ਾਖ ਤੇ ਬੈਠਾ ਹੈ ਉੱਲੂ, ਇਹ ਗੱਲ ਸਮਝ ਆਉਂਦੀ ਹੈ। ਸਾਡੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਸ਼ੁਰੂ ਦੇ ਵਿੱਚ ਪੁੱਛਿਆ ਸੀ ਕਿ ਜਿਹੜਾ ਇੱਥੇ ਦੀ ਪੋਲਿਟਿਕਸ ਹੈਗੀ ਆ ਇਲੈਕਸ਼ਨ ਦੇ ਨਜ਼ਦੀਕ ਧਰਮ ਨੂੰ ਲੈ ਕੇ ਜੀ, ਜਿਹੜਾ ਪ੍ਰੋਪਗੈਂਡਾ ਕਰਕੇ ਜੀ ਉਹ ਕੰਮ ਚੱਲ ਗਿਆ ਜੀ, ਇਹ ਬਿਲਕੁਲ ਮੇਰੇ ਖਿਆਲ ਦੇ ਵਿੱਚ ਇਹ ਗਲਤ ਹੈਗਾ ਜੀ, ਕਿ ਜਿਹੜਾ ਸਾਡਾ ਪਲੇਟਫਾਰਮ ਆ ਜੀ ਉਹ ਇਕਨੋਮਿਕ ਹੋਣਾ ਚਾਹੀਦਾ ਜੀ। ਅਸੀਂ ਅੱਗੇ ਤੋਂ ਮੁਲਕ ਨੂੰ ਸਟੇਟ ਨੂੰ ਅੱਗੇ ਵਧਾਉਣ ਵਾਸਤੇ ਮਸਲੇ ਹੋਰ ਬਹੁਤ ਸਾਰੇ ਹੈਗੇ ਆ ਜੀ। ਮਿਸਾਲ ਦੇ ਤੌਰ ਤੇ ਡਰੱਗ ਦਾ ਹੈਗਾ ਪੰਜਾਬ ਚ ਲੈ ਲਓ, ਐਜੂਕੇਸ਼ਨ ਲੈ ਲਓ ਤੁਸੀਂ, ਅਨਇੰਪਲੋਇਮੈਂਟ ਲੈ ਲਓ, ਅਣਗਿਣਤ ਮਸਲੇ ਨੇ ਜੀ। ਉਹ ਮਸਲਿਆਂ ਦੀ ਇੰਨੀ ਵੱਡੀ ਲਿਸਟ ਬਣ ਜਾਏਗੀ ਜੀ, ਉਹਦੀ ਲਿਸਟ ਜਿਹੜੀ ਹੈ ਨਾ ਉਹ ਬਹੁਤ ਵੱਡੀ ਆ ਜੀ 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 ਜੀ। ਉਹਦੇ ਵਿੱਚ ਸਿਰਫ ਇਹ ਕਿਸਾਨਾਂ ਦਾ ਮਸਲਾ, ਮਤਲਬ ਜਿਹੜਾ ਧਰਮ ਦਾ ਹੈਗਾ ਨਾ ਜੀ, ਤੁਸੀਂ ਦਰਜ ਕਰ ਸਕਦੇ ਆ ਕਿਸੇ ਹੱਦ ਤੱਕ ਕਿ ਅਗਰ ਵਿਅਕਤੀ ਹੁੰਦੀ ਹੈਗੀ ਆ, ਬਟ ਇਟ ਸ਼ੁਡ ਨੋਟ ਬੀ ਏ ਰਿਲੀਜੀਅਸ ਜਿਹੜੀ ਨਾ ਚੀਜ਼ ਹੋਣੀ ਚਾਹੀਦੀ ਜੀ। ਇਹਦੇ ਨਾਲ ਕੀ ਹੈਗਾ ਕਿ ਉਹ ਕਿਉਂ ਕਰਦੇ ਆ ਬੰਦੇ, ਰੀਜ਼ਨ ਇਹ ਹੈਗੀ ਆ ਜੀ ਕਿ ਜਿਹੜੇ ਬੰਦੇ ਸਾਡੇ ਪੰਜਾਬ ਦੇ ਜਾਂ ਹੋਰ ਇੰਡੀਆ ਦੇ, ਸਾਰੇ ਆਲ ਓਵਰ ਇੰਡੀਆ ਕਹਿ ਸਕਦੇ ਆ ਜੀ, ਦਿਸ ਲੈਕ ਆਫ ਐਜੂਕੇਸ਼ਨ, ਰੈਸ਼ਨਲਿਜ਼ਮ ਨਹੀਂ ਹੈਗੀ ਉਹਨਾਂ ਦੇ ਥਿੰਕਿੰਗ ਦੇ ਵਿੱਚ, ਕਰੈਕਟ ਕਰੈਕਟ, ਕਿਉਂਕਿ ਉਹ ਧਰਮ ਦੇ ਨਾਂ ਦੇ ਉੱਤੇ ਕਿਸੇ ਨੂੰ ਭੜਕਾ ਲੈਣਾ ਜੀ ਇਟਸ ਵੈਰੀ ਈਜ਼ੀ ਜੀ। ਉਹ ਉਸਨੂੰ ਆਪਣੇ ਆਪਣੇ ਜਿਹੜਾ ਵਿਊ ਪੁਆਇੰਟ ਆ ਉਸਨੂੰ ਉਹਦੇ ਆਖਿਰਕਾਰ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ, ਕੀ ਹੈ ਤੁਹਾਨੂੰ ਨੁਕਸਾਨ ਦੇ ਲਈ ਇਹ ਗੱਲ ਹੋ ਰਹੀ ਹੈ, ਯੂ ਹੈਵ ਟੂ ਰਿਐਕਟ ਇੱਕ ਇੱਕ ਵਾਰੀ ਤੁਹਾਨੂੰ ਸਿੰਪਲ ਗੱਲ ਕਰਦਾ ਵੀ ਆਏਗਾ ਤੁਹਾਨੂੰ, ਬਹੁਤ ਪੁਰਾਣੀ ਗੱਲ ਆ, ਜਿਸ ਵੇਲੇ ਪਾਰਟੀਸ਼ਨ ਹੋਈ ਨਾ ਉਸ ਤੋਂ ਮਗਰੋਂ 5-year ਪਲਾਨ ਵਗੈਰਾ ਇੰਡੀਆ ਦੇ ਵਿੱਚ ਚੱਲ ਰਹੇ ਸੀਗੇ, ਉਹਦੇ ਵਿੱਚ ਉਹਨਾਂ ਨੇ ਡੈਮ ਵਗੈਰਾ ਤੇ ਕਨਾਲ ਦਾ ਪ੍ਰੋਗਰਾਮ ਰੱਖਿਆ, ਡੈਮ ਬਣਾਇਆ ਵੀ ਸੀਗਾ, ਇੱਕ ਰੈਲੀ ਹੋਈ ਸੀਗੀ ਪੰਜਾਬ ਦੇ ਵਿੱਚ, ਮੈਂ ਦੁਆਬੇ ਨੂੰ ਬਿਲੋਂਗ ਕਰਦਾ, ਉੱਥੇ ਕਮਿਊਨਿਸਟਾਂ ਦੀ ਰੈਲੀ ਦੇ ਵਿੱਚ ਉਹ ਕਿਸੇ ਨੇ ਸਪੀਚ ਕੀਤੀ, ਉਹ ਕਹਿੰਦਾ ਵੀ ਇਹ ਕਾਂਗਰਸ ਨੇ ਡੈਮ ਬਣਾ ਕੇ ਆ, ਇਹਦੇ ਵਿੱਚੋਂ ਜਿਹੜਾ ਨਹਿਰਾਂ ਦਾ ਪਾਣੀ ਹੈਗਾ ਉਹਦੇ ਵਿੱਚ ਬਿਜਲੀ ਕੱਢ ਲਈ ਆ, ਪਾਣੀ ਤਾਂ ਬਿਲਕੁਲ ਬੇਕਾਰ ਹੋ ਗਿਆ ਜੀ, ਉਹ ਸਾਡੇ ਖੇਤਾਂ ਨੂੰ ਇਹਦਾ ਕੀ ਫਾਇਦਾ ਹੋਏਗਾ ਪਾਣੀ ਦਾ। ਯੂ ਇਮੈਜਿਨ ਕਿ ਕਿਸ ਤਰ੍ਹਾਂ ਬੰਦਿਆਂ ਨੂੰ ਬੇਵਕੂਫ ਬਣਾ ਕੇ ਉਹ ਦੇ ਆਰ ਬ੍ਰਿੰਗਿੰਗ ਗਰਾਊਂਡ ਟੂ ਦੇਅਰ ਵਿਊ ਪੁਆਇੰਟ। And it is true. I think the lack of education in Punjab, and main request hamesha karda apne viewers nu jo ki is time nu vekh pa rahe ne, main benti karda tuhanu ki tusi apne pindan de vich jo tuhade rishtedar ne parivar ne, ik ta parivar utthe zarur chhad ke aao, ik ghar tuhada zarur utthe hona chahida sab ton pehla, second jo parivar tuhada utthe reh reha ਉਹਨੂੰ ਤੁਸੀਂ ਐਜੂਕੇਟ ਕਰੋ ਥੋੜ੍ਹਾ ਜਿਹਾ, ਜੇਕਰ ਤੁਹਾਨੂੰ ਲੱਗਦਾ ਕਿ ਵਾਕਈ ਇਹ ਗੱਲ ਹੈਗੀ ਹੈ, ਅਗਰ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਲਓਗੇ ਜੀ ਜੀ ਜੀ, ਤੁਸੀਂ ਇੱਥੇ ਦੇ ਕੰਟਰੀ ਦੇ ਨਾਲ ਕੰਪੇਅਰ ਕਰੋ ਜੀ, ਉਹ ਬਿਲਕੁਲ ਜਿਹੜਾ ਮੱਧ ਹੈਗਾ ਨਾ ਉਸ ਨੂੰ ਇਵਨ 5% ਵੀ ਨਹੀਂ ਉਹ ਅੱਗੇ ਲਿਆਉਂਦੇ। ਕਰੈਕਟ ਕਰੈਕਟ, ਉਹ ਜਿਹੜੇ ਕੰਸਲੇਟ ਕਰਦੇ ਆ ਜਿਹੜੇ ਇਸ਼ੂ ਹੈਗੇ, ਆਈ ਥਿੰਕ ਸੋਚਣਾ ਚਾਹੀਦਾ। ਥੈਂਕ ਯੂ ਵੈਰੀ ਮਚ ਜਸਪਾਲ ਜੀ, ਮੈਨੂੰ ਇੱਥੇ ਸਮਾਂ ਬ੍ਰੇਕ ਲੈਣ ਦਾ ਹੋ ਰਿਹਾ ਅਤੇ ਮੈਂ ਗੱਲ ਥੋੜ੍ਹੀ ਜਿਹੀ ਹੋਰ ਨਹੀਂ ਕਰ ਪਾਵਾਂਗਾ ਤੁਹਾਡੇ ਨਾਲ, ਮੈਨੂੰ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਇਸ ਟਾਈਮ ਕਿਊ ਦੇ ਵਿੱਚ ਹੈਗੀ ਹੈ,
ਲੇਕਿਨ ਮੈਂ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੇ ਫੋਨ ਕਾਲਸ ਨੂੰ ਨਾ ਕੱਟਿਓ, ਮੈਂ ਕਿਊ ਦੇ ਵਿੱਚ ਪਾ ਰਿਹਾ, ਲਵਾਂਗਾ ਤੁਹਾਡੇ ਪ੍ਰਤੀਕਰਮ ਇਸ ਬ੍ਰੇਕ ਤੋਂ ਉਸ ਪਾਰ।